Vancouver Canucks, Minnesota Wild ਦਾ ਮੁਕਾਬਲਾ ਤਾਂ ਇੱਥੇ ਦੇਖ ਲਓ ਰਿਕ ਟਾਕ ਤਿਆਰ ਪੱਤਿਆ ਥੋੜੇ ਗੁੱਸੇ 'ਚ ਲੱਗਦਾ ਸੀ ਇੱਥੇ ਗੁੱਸੇ 'ਚ ਤਾਂ ਰਹਿੰਦਾ ਹੀ ਇਹ ਹਮੇਸ਼ਾ ਤਾਂ ਹੀ ਤਾਂ ਇਹ ਵਧੀਆ ਕੋਚ ਆ ਪਰ ਇੱਥੇ ਦੇਖ ਲਓ ਪਹਿਲੇ ਪੀਰੀਅਡ ਦੇ ਵਿੱਚ ਫਰੀ ਗੁਡਰੋ ਕਰ ਗਿਆ ਗੋਲ ਹਾਂਜੀ ਵਧੀਆ ਇੱਥੇ ਰੀਡਾਇਰੈਕਟ ਕਰਨਾ ਆਉਣਾ ਸ਼ਾਟ ਜਾਂ ਪਾਸ ਤੁਸੀਂ ਜਿੱਦਾਂ ਵੀ ਸਮਝ ਲਓ ਪਰ ਰੀਡਾਇਰੈਕਸ਼ਨ ਕੀਤੀ ਤੇ ਕਰ ਗਿਆ ਗੋਲ ਸ਼ਾਟ ਪਾਸ ਸਮਝ ਲਓ ਜੀ ਤਾਂ ਬ੍ਰੌਕ ਬੈਸਰ ਮਿਨੇਸੋਟਾ 'ਚ ਖੇਡ ਰਿਹਾ ਹੈਗਾ ਬਰਨਸਵਿਲ ਮਿਨੇਸੋਟਾ ਦਾ ਤੇਰੀ ਮਾਤਾ ਵੀ ਇੱਥੇ ਪਹੁੰਚੀ ਸੀ ਕਰਾਊਡ ਦੇ ਵਿੱਚ ਪੂਰਾ ਪਰਿਵਾਰ ਇੱਥੇ ਪਹੁੰਚਿਆ ਸੀ ਕੀ ਇੱਥੇ ਗੋਲ ਕਰ ਸਕਦਾ ਸੀ ਆਪਣੇ ਹੋਮ ਟਾਊਨ ਟੀਮ ਦੇ ਖਿਲਾਫ ਮੌਕਾ ਮਿਲਣਾ ਪਰ ਬਚਾ ਕਰ ਦਿੱਤਾ ਗਸਟਫਸਨ ਇੱਥੇ ਹੀ ਨਿਸ਼ਾਨਾ ਲੱਭਦਾ ਹੁੰਦਾ ਬ੍ਰੌਕ ਬੈਸਰ ਐਂਡ ਸਲੌਟ ਦੇ ਵਿੱਚ ਪਾਵਰ ਪਲੇ ਮੌਕਾ ਪਰ ਨਹੀਂ ਗੋਲ ਨਹੀਂ ਹੋਇਆ ਉਹਨੇ ਨਹੀਂ ਗੋਲ ਕੀਤਾ ਪਰ ਜਿਹੜਾ ਯੂਨੀਵਰਸਿਟੀ 'ਚ ਮਿਨੇਸੋਟਾ ਖੇਡਦਾ ਹੁੰਦਾ ਸੀ ਟੈਰੀ ਬਲੂਗਰ ਕਰ ਗਿਆ ਗੋਲ ਹਾਂਜੀ ਵਧੀਆ ਖੇਡ ਤੇ ਟੈਰੀ ਬਲੂਗਰ ਹੈ ਨੈਟ ਦੇ ਸਾਹਮਣੇ ਖੜਾ ਸੀਗਾ ਤੇ ਇਹ ਵੀ ਭਰ ਭਰ ਕੇ ਐਤਕੀ ਗੋਲ ਕਰ ਰਿਹਾ ਵਾਹ ਜੀ ਵਾਹ ਆਖਰੀ ਸਕਿੰਟਾਂ ਦੇ ਵਿੱਚ ਲੱਗਦਾ ਸੀ ਗੋਲ ਗੌਸ ਕੀ ਜਿਤਨਾ ਗੋਲ ਕਰ ਗਿਆ ਪਰ ਨਹੀਂ ਖਈ ਸੀ ਡਿਸਮਿਥ ਨੇ ਕਹਿਤਾ ਨਹੀਂ ਵਧੀਆ ਬਚਾਅ ਤੇ ਡਿਸਮਿਥ ਨੇ ਜਵਾਬ ਦਿੱਤਾ ਮਿਨੇਸੋਟਾ ਵਾਈਲਡ ਦਾ ਤੇ ਟੈ ਟੈਰੀ ਉਹਦੇ ਉੱਤੇ ਹੀ ਹੋ ਗਏ ਚੱਲੇ ਜੀ ਸ਼ੂਟ ਆਊਟ ਨੂੰ ਜਿੱਥੇ ਜ਼ੂਕਰੈਲੋ ਹੌਲੀ ਹੌਲੀ ਆਇਆ ਤਾਂ ਵਧੀਆ ਜਗ੍ਹਾ ਲੱਭੀ ਐਨ ਟਕਾ ਕੇ ਸ਼ਾਟ ਮਾਰਿਆ ਤੇ ਕਰ ਦਿੱਤਾ ਗੋਲ ਫੈਡਰਸਨ ਆਇਆ ਤਾਂ ਨੇ ਕੀਤਾ ਗੋਲ ਜਿੱਤ ਗਏ ਜੀ ਮਿਨੇਸੋਟਾ ਵਾਈਲਡ 2-1 ਦੇ ਸਕੋਰ ਦੇ ਨਾਲ ਵੈਨਕੂਵਰ ਨੇ ਪੁਆਇੰਟ ਚੱਕ ਲਿਆ ਕੱਲ੍ਹ ਨੂੰ ਕੋਨਰ ਬਗਾਰਡ ਦੇ ਨਾਲ ਖੇਡੂਗੇ ਸ਼ਿਕਾਗੋ ਪਰ ਅੱਜ ਤਾਂ ਹਾਰ ਗਏ